मन हमेशा अधूरा रहे है। और जितने चिर तक मन संपूर्ण नहीं आता, ये यात्रा चलती रहेगी, जन्म ते मरण चलता रहेगा, यात्रा की है। फिर ये मन तन प्राप्त करेगा, फिर मरण होवेगा, फिर जन्म, फिर मरण, जम जम मरे मरे फिर जमे, बहुत सदाए पया दे सलमे। तन मूल रूप विच मिट्टी है, मिट्टी होके संपूर्ण होंदा है। मन ज्योत स्वरूप है और ज्योत विच ज्योत होके संपूर्ण होवेगा। ज्योति ज्योत रली संपूर्ण थी यार। प्रकृति तन नू मिट्टी च मिट्टी कर देंदी है, प्रकृति मन नू ज्योत देच ज्योत नहीं करती। जिस तरह बने हुए नियम दे मुताबक मिट्टी दा बनया एक पुतला, ये आखिर मिट्टी हो जांदा है, पर ज्योत स्वरूप मन ज्योत देच ज्योत नहीं आउंदा। अगर इस तरह हो सके फिर जप तप दी लोड़ नहीं है, फिर साधना दी लोड़ नहीं है, फिर सत्संग दी लोड़ नहीं है। एक दिन मिट्टी च मिट्टी होवांगे, एक दिन ज्योत दे ज्योत हो जावांगे। नहीं, ज्योत दे ज्योत होने वास्ते साधना करनी पड़ेगी। सूरज किरण मिले जल का जल हुआ राम, ज्योति ज्योत रली संपूर्ण थी यार। मन नू ज्योत आखे, मन तू ज्योत स्वरूप है। इस वास्ते मैं अर्ज करा, तन दा आकार है, सूक्ष्म शरीर निराकार है, उदा कोई आकार नहीं। आकार आकार दे समा सकदा है, निराकार निराकार दे समा सकदा है। हर दफा ऐसा होंदा रहा, आकार आकार दे चलीन होंदा रहा, निराकार निरंकार दे चलीन नहीं आंदा रहा। हर दफा जन्म जीवन अधूरा ही रहा, अधूरा ही रहा। तन दी यात्रा संपूर्ण होई, मन दी ना होई। तो ये किस तरह होवे? प्रथम इस सत्संग द्वारा मन नू जे किधरे इतनी समझ आ जाए कि जिहड़ियां जिहड़ियां वस्तुआं तन दियां लोड़ां पूरियां करदियां ने, वो मेरी लोड़ नहीं है। तन दी लोड़ है पदार्थ, मन दी लोड़ है परमात्मा। तन दी लोड़ है धन, मन दी लोड़ है धर्म। तन दी लोड़ है भोजन, मन दी लोड़ है भजन। करीबन करीबन 90% मनुख समां ते जिंदगी तन दी लोड़ां दे च ही बतीत करदा है, बसर करदा है। मन दी ते बहुती दुनिया फिक्र ही नहीं करती। मन दा बेचैन होना एदा अधूरापन है, मन दा दुखी होना एदा अधूरापन है। कुछ भी मिल जाए मन दी तृप्ति ना होना, इस गल दा सबूत है इदी लोड़ कुछ होर है, इदी लोड़ कुछ होर है।
ਭੋਜਨ ਇਸ ਦੀ ਲੋੜ ਨਹੀਂ ਹੈ, ਪਦਾਰਥ ਇਸ ਦੀ ਲੋੜ ਨਹੀਂ ਹੈ, ਧਨ ਸੰਪਦਾ ਇਹਦੀ ਲੋੜ ਨਹੀਂ ਹੈ, ਪਰਿਵਾਰ ਇਹਦੀ ਲੋੜ ਨਹੀਂ, ਇਹਦੀ ਲੋੜ ਨਿਰੰਕਾਰ ਹੈ। ਇਹ ਜੋਤ ਦੇ ਚ ਜੋਤ ਹੋ ਜਾਏ ਤਾਂ ਫਿਰ ਸੰਪੂਰਨ ਹੋ ਜਾਏਗਾ। ਜੋਤੀ ਜੋਤ ਰਲੀ ਸੰਪੂਰਨ ਥਿਆ ਰਾਮ। ਆਪਦੀ ਗਿਆਤਲੀ ਅਰਜ਼ ਕਰਾਂ, ਬੜੇ ਚੰਗੇ ਚੰਗੇ ਸ਼ਬਦ ਮਨੁੱਖ ਨੇ ਗਲਤ ਥਾਵਾਂ 'ਤੇ ਫਿੱਟ ਕੀਤੇ ਹੋਏ ਨੇ। ਜਦ ਸੁਰਤ ਸ਼ਬਦ ਨਾਲ ਜੁੜ ਜਾਏ, ਨਾਮ ਦੇ 'ਚ ਜੁੜ ਜਾਏ, ਪਰਮਾਤਮਾ ਜੁੜ ਜਾਏ ਤਾਂ ਪਰਮਾਤਮਾ ਸੱਚ ਹੈ, ਅਤੇ ਮਨ ਸੱਚ ਦੇ ਜੁੜ ਗਿਆ ਤਾਂ ਕਹਿੰਦੇ ਨੇ ਸੱਚਖੰਡ ਵਾਸੀ ਹੋ ਗਿਆ। ਪਰ ਸੱਚਖੰਡ ਵਾਸੀ ਹੋਣਾ ਸੀ ਮੁਰਦਿਆਂ ਨਾਲ ਜੋੜ ਦਿੱਤਾ, ਕੋਈ ਮਰ ਗਿਆ ਤਾਂ ਸੱਚਖੰਡ ਵਾਸੀ। ਹਾਲਾਂਕਿ ਜਿਹਦਾ ਮਨ ਸੱਚ ਦੇ ਚਲੀਨ ਹੋ ਗਏ, ਪ੍ਰਭੂ ਚਲੀਨ ਹੋ ਗਏ, ਸੱਚਖੰਡ ਵਾਸੀ। ਹਰ ਮਰਹੂਮ ਮਨੁੱਖ ਨੂੰ ਮਰੇ ਹੋਏ ਨੂੰ ਕਹਿ ਦੇਣਾ ਸੱਚਖੰਡ ਵਾਸੀ। ਇਹੀ ਕਾਰਨ ਹੈ ਕਿ ਧਰਮ ਦਾ ਸਭ ਤੋਂ ਪਾਵਨ ਸ਼ਬਦ ਤੇ ਪਾਵਨ ਅਵਸਥਾ ਅਸੀਂ ਗਲਤ ਥਾਂ ਤੇ ਜੋੜੀਏ। ਇਸ ਵਾਸਤੇ ਕਿਸੇ ਜੀਵਦੇ ਜਾਗਦੇ ਮਨੁੱਖ ਨੂੰ ਕਹਿ ਦੇਈਏ ਪ੍ਰਭੂ ਤੈਨੂੰ ਸੱਚਖੰਡ ਵਾਸੀ ਕਰੇ, ਟੁੱਟ ਕੇ ਪੈਂਦਾ, ਉਹਦੇ ਝਗੜਨ ਨੂੰ ਪਏਗਾ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋ ਸੀ ਵੀ ਸੱਚ। ਪਰਮਾਤਮਾ ਸੱਚ ਹੈ, ਮਨ ਨੂੰ ਸੱਚ ਦੇ ਚਲੀਨ ਕਰਨਾ, ਸੱਚਖੰਡ ਵਾਸੀ ਕਰਨਾ। ਤਨ ਮਿੱਟੀ ਦੇ ਚ ਮਿੱਟੀ ਹੋਵੇ, ਉਸ ਤੋਂ ਪਹਿਲੇ ਮਨ ਸੱਚ ਦੇ ਚ ਸੱਚ ਹੋ ਜਾਏ, ਫਿਰ ਐਸੇ ਪੁਰਸ਼ ਨੂੰ ਕਹਿੰਦੇ ਨੇ ਜੀਵਨ ਮੁਕਤ ਹੈ, ਜੀਵਨ ਮੁਕਤ ਹੈ। ਇਹ ਜੀਵਦਿਆਂ ਜੀ ਸੰਪੂਰਨ ਹੋ ਗਏ, ਇਹ ਜੀਵਦਿਆਂ ਜੀ ਸੱਚਖੰਡ ਵਾਸੀ ਹੋ ਗਏ। ਗੁਸਤਾਖੀ ਮਾਫ ਜੋ ਜੀਵਦਿਆਂ ਜੀ ਸੱਚਖੰਡ ਵਾਸੀ ਨਹੀਂ ਹੋਇਆ, ਮਰ ਕੇ ਕੋਈ ਸੱਚਖੰਡ ਵਾਸੀ ਨਹੀਂ ਆਉਂਦਾ। ਇਹ ਵੀ ਮੈਰਜ ਕਰਦੇ ਹਾਂ, ਜੋ ਜੀਵਦਿਆਂ ਜੀ ਮੁਕਤ ਨਹੀਂ ਹੋਇਆ, ਮਰ ਕੇ ਕੋਈ ਮੁਕਤ ਨਹੀਂ ਆਉਂਦਾ। ਮੂਹੇ ਹੋਏ ਜੋ ਮੁਕਤ ਦੇ ਹੋ ਗਏ, ਮੁਕਤ ਨਾ ਜਾਣੇ ਕੋਇਲਾ। ਸਤਸੰਗ ਦੇ ਚ ਪਹਿਲੇ ਮਨੁੱਖ ਨੂੰ ਇਹ ਸਮਝ ਆ ਜਾਏ ਕਿ ਸੰਸਾਰ ਦਾ ਕੋਈ ਵੀ ਪਦਾਰਥ ਮੇਰੇ ਮਨ ਦੀ ਲੋੜ ਨਹੀਂ ਹੈ। ਔਰ ਇਸਦਾ ਸਬੂਤ ਹੈ, ਸੰਸਾਰ ਦੇ ਚ ਕੁਛ ਵੀ ਮਿਲ ਜਾਏ ਮਨ ਤ੍ਰਿਪਤ ਨਹੀਂ ਹੁੰਦਾ, ਮਨ ਤ੍ਰਿਪਤ ਨਹੀਂ ਹੁੰਦਾ। ਕਾਰਨ ਮਨ ਦੀ ਇਹ ਲੋੜ ਹੀ ਨਹੀਂ ਹੈ। ਮਨ ਨੂੰ ਪਰਮਾਤਮਾ ਚਾਹੀਦਾ, ਔਰ ਮਨ ਨੂੰ ਪਰਮਾਤਮਾ ਚ ਲੀਨ ਕਰਨ ਵਾਸਤੇ ਸਾਧਨਾ ਕਰਨੀ ਪਏਗੀ। ਇਸ ਵਾਸਤੇ ਕਹਿੰਦੇ ਨੇ ਧਰਮ ਦੀ ਸਾਧਨਾ ਹੈ ਧਿਆਨ ਸਾਧਨਾ। ਸੁਣਾਉਣਾ ਦੂਜੇ ਨੂੰ, ਧਿਆਨ ਦੂਜੇ ਤੇ ਰੱਖਣਾ ਪਏਗਾ। ਸੁਣਨਾ ਹੈ, ਧਿਆਨ ਆਪਣੇ ਤੇ ਰੱਖਣਾ ਪਏਗਾ। ਧਿਆਨ ਦੂਜੇ ਤੇ ਨਹੀਂ, ਮਨੁੱਖ ਦੂਜੇ ਨੂੰ ਸੁਣਾ ਨਹੀਂ ਸਕੇਗਾ। ਧਿਆਨ ਆਪਣੇ ਤੇ ਨਹੀਂ, ਮਨੁੱਖ ਸੁਣ ਵੀ ਨਹੀਂ ਸਕੇਗਾ। ਕਹਿੰਦੇ ਨੇ ਸੁਣਾਉਣ ਨਾਲੋਂ ਸੁਣਨਾ ਹਜ਼ਾਰਾਂ ਗੁਣਾ ਔਖਾ ਹੈ। ਧਿਆਨ ਦੂਜੇ ਤੇ ਰੱਖਣਾ ਬੜਾ ਸੌਖਾ ਹੈ, ਧਿਆਨ ਆਪਣੇ ਤੇ ਰੱਖਣਾ ਬੜਾ ਔਖਾ ਹੈ, ਕਠਿਨ ਹੈ। ਹਰ ਮਨੁੱਖ ਕਰੀਬਨ ਕਰੀਬਨ ਆਪਣੇ ਧਿਆਨ ਨੂੰ ਆਪਣੇ ਤੋਂ ਦੂਰ ਰੱਖਦਾ ਹੈ। ਇਸ ਵਾਸਤੇ ਦੂਜਿਆਂ ਬਾਰੇ ਬਹੁਤ ਕੁਝ ਜਾਣਦਾ ਹੈ, ਆਪਣੇ ਬਾਰੇ ਕੁਛ ਵੀ ਨਹੀਂ ਜਾਣਦਾ। ਚਲੋ ਇਸ ਨੂੰ ਮੈਂ ਇਸ ਤਰ੍ਹਾਂ ਬਿਆਨ ਕਰਦੇ ਹਾਂ
ਇੱਕ ਪਿਤਾ ਪੁੱਤਰ ਬਾਰੇ ਬੜਾ ਕੁਝ ਜਾਣਦਾ, ਉਹਦੀਆਂ ਕਮਜ਼ੋਰੀਆਂ, ਉਹਦੇ ਔਗਣਾਂ ਨੂੰ, ਉਹਦੀਆਂ ਖੂਬੀਆਂ ਨੂੰ ਬੜਾ ਕੁਝ ਜਾਣਦਾ, ਆਪਣੇ ਬਾਰੇ ਕੁਝ ਵੀ ਨਹੀਂ ਜਾਣਦਾ, ਕਿਉਂਕਿ ਆਪਣੇ ਨੇੜੇ ਹੈ ਹੀ ਨਹੀਂ। ਇੱਕ ਬਿਰਾਹ ਬਾਰੇ ਬਹੁਤ ਕੁਝ ਜਾਣਦਾ, ਬਿਰਾਹ ਦੀਆਂ ਕਮਜ਼ੋਰੀਆਂ, ਭਾਈ ਦੇ ਔਗਣ, ਉਹਦੀਆਂ ਖੂਬੀਆਂ ਜਾਣਦਾ, ਆਪਣੇ ਬਾਰੇ ਕੱਖ ਵੀ ਨਹੀਂ ਜਾਣਦਾ, ਕਿਉਂ ਆਪਣੇ ਨੇੜੇ ਹੀ ਨਹੀਂ, ਹਰ ਮਨੁੱਖ ਆਪਣੇ ਤੋਂ ਦੂਰ ਹੈ। ਇੱਕ ਪਤੀ ਗੁਸਤਾਖੀ ਮਾਫ਼ ਪਤਨੀ ਬਾਰੇ ਬਹੁਤ ਕੁਝ ਜਾਣਦਾ, ਉਹਦੇ ਸੁਭਾਅ ਨੂੰ, ਉਹਦੀਆਂ ਕਮਜ਼ੋਰੀਆਂ ਨੂੰ, ਉਹਦੇ ਉਤਾਰ ਚੜਾਅ ਨੂੰ, ਉਹਦੇ ਹਾਵ ਭਾਵ ਨੂੰ ਸਭ ਕੁਝ ਜਾਣਦਾ, ਆਪਣੇ ਬਾਰੇ ਕੱਖ ਵੀ ਨਹੀਂ ਜਾਣਦਾ। ਔਰ ਇਸ ਤਰ੍ਹਾਂ ਹੀ ਇੱਕ ਪਤਨੀ ਪਤੀ ਬਾਰੇ ਬਹੁਤ ਕੁਝ ਜਾਣਦੀ ਹੈ, ਉਹਦੀਆਂ ਕਮੀਆਂ ਨੂੰ, ਉਹਦੀਆਂ ਖਾਮੀਆਂ ਨੂੰ, ਉਹਦੀਆਂ ਬੁਰਾਈਆਂ ਨੂੰ, ਉਹਦੇ ਗੁਣਾਂ ਨੂੰ ਬਹੁਤ ਕੁਝ ਜਾਣਦੀ ਹੈ, ਕਿਉਂਕਿ ਉਹਦੇ ਨੇੜੇ, ਆਪਣੇ ਬਾਰੇ ਕੁਝ ਵੀ ਨਹੀਂ ਜਾਣਦੀ। ਹਰ ਮਨੁੱਖ ਆਪਣੇ ਤੋਂ ਦੂਰ ਹੈ। ਮਹਾਰਾਜ ਕਹਿੰਦੇ ਨੇ, ਅਪਤਨ ਕਾ ਜੋ ਕਰੇ ਵਿਚਾਰ, ਤਿਸ ਜਮ ਕੰਕਰ ਨਹੀਂ ਕਰੇ ਖਵਾ। ਆਪਣੇ ਵਿਚਾਰ ਕੋਈ ਕਰੇ, ਆਪਣੇ ਨੇੜੇ ਆਵੇ, ਸੁਣਨਾ ਹੈ ਤਾਂ ਧਿਆਨ ਆਪਣੇ ਨੇੜੇ ਕਰਨਾ ਪਏਗਾ, ਸੁਣਾਉਣਾ ਹੈ ਤਾਂ ਧਿਆਨ ਦੂਜੇ ਤੇ ਰੱਖਣਾ ਪਏਗਾ।